ਹਾਂਜੀ ਦੋਸਤੋ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ YouTube ਚੈਨਲ ਯੂਨੀਵਰਸਲ ਸਮਾਰਟ ਐਜੂਕੇਸ਼ਨ ਉੱਪਰ ਤਾਂ ਆਪਾਂ ਲੈ ਕੇ ਆਏ ਹਾਂ ਜੀ 882364 ਦਾ ਜਿਹੜਾ ਕੇਸ ਲੱਗਿਆ ਜੀ 333 ਅੱਜ ਉਸ ਦੀ ਸੁਣਵਾਈ ਸੀ ਬੜੇ ਦਿਨਾਂ ਤੋਂ ਬਾਅਦ ਬੜੀ ਲੰਬੀ ਉਡੀਕ ਤੋਂ ਬਾਅਦ ਸਵੇਰ ਤੋਂ ਹੀ ਅੱਜ ਪੂਰਾ ਬੇਸਬਰੀ ਨਾਲ ਇੰਤਜ਼ਾਰ ਸੀ ਕਿ ਅੱਜ ਇਸ ਕੇਸ ਦਾ ਸੋਲੂਸ਼ਨ ਜਿਹੜਾ ਹੋ ਜਾਏਗਾ ਬੜਾ ਇੰਤਜ਼ਾਰ ਕਰਨ ਤੋਂ ਬਾਅਦ ਜਿਹੜਾ ਕੇਸ ਦਾ ਜਿਹੜਾ ਡਿਸੀਜਨ ਹੈ ਜੀ ਉਹ ਜੱਜ ਸਾਹਿਬ ਨੇ ਰਿਜ਼ਰਵ ਰੱਖ ਲਿਆ ਜੀ ਪੂਰੀ ਡਿਟੇਲ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗਾ ਇਸ ਕੇਸ ਦੀ ਬਹੁਤ ਲੰਬਾ ਸਮਾਂ ਸੁਣਵਾਈ ਚੱਲੀ ਹੈ ਜੀ ਇਹ ਸੁਣਵਾਈ ਪਹਿਲਾਂ ਆਨਲਾਈਨ ਚੱਲੀ ਹੈ ਉਸ ਤੋਂ ਬਾਅਦ ਆਫਲਾਈਨ ਚੱਲੀ ਹੈ ਜੀ ਫਿਜ਼ੀਕਲ ਹਿアリング ਹੋਈ ਹੈ ਫਿਜ਼ੀਕਲੀ ਹਿアリング ਦੇ ਵਿੱਚ ਜੱਜ ਸਾਹਿਬ ਨੇ ਦੋਨਾਂ ਧਿਰਾਂ ਦਾ ਪੱਖ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਪੁੱਛਿਆ ਕਿ ਜਿਹੜੀ ਆਪਣੀ ਭਰਤੀ ਹੈ ਉਹ ਮੈਰਿਟ ਬੇਸ ਕਰ ਦਿੱਤੀ ਜਾਵੇ ਪਟੀਸ਼ਨਰਸ ਨੇ ਵੀ ਇਹਨਾਂ ਵਿੱਚ ਹਾਮੀ ਭਰੀਆ ਕਿ ਹਾਂ ਜੀ ਮੈਰਿਟ ਬੇਸ ਕਰ ਦਿੱਤੀ ਜਾਵੇ ਜੀ ਤੇ ਜੱਜ ਸਾਹਿਬ ਨੇ ਡਿਪਾਰਟਮੈਂਟ ਤੋਂ ਵੀ ਪੁੱਛਿਆ ਕਿ ਭਰਤੀ ਮੈਰਿਟ ਬੇਸ ਕੀਤੀ ਜਾਵੇ ਤਾਂ ਡਿਪਾਰਟਮੈਂਟ ਨੇ ਕਿਹਾ ਜੀ ਜੋ ਤੁਹਾਡਾ ਸਾਨੂੰ ਆਰਡਰ ਮਨਜ਼ੂਰ ਹੋਏਗਾ ਅਸੀਂ ਉਵੇਂ ਹੀ ਕਰਾਂਗੇ ਜੀ ਜੋ ਤੁਸੀਂ ਡਿਸੀਜਨ ਦਿਓਗੇ ਉਸੇ ਅਨੁਸਾਰ ਅਸੀਂ ਭਰਤੀ ਕਰਦੇ ਹਾਂਗੇ ਜੀ ਤਾਂ ਜੱਜ ਸਾਹਿਬ ਨੇ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਕੇਸ ਹੈ ਜੀ ਰਿਜ਼ਰਵ ਦੇ ਵਿੱਚ ਕਰਤਾ ਜੀ ਮਤਲਬ ਇਹ ਹੁਣ ਕੇਸ ਪੂਰਾ ਪੂਰਾ ਤਕਰੀਬਨ ਖਤਮ ਹੋ ਚੁੱਕਿਆ ਹੈ ਜੀ ਕੇਸ ਹੁਣ ਇਸ ਦੀ ਅਗਲੀ ਡੇਟ ਨਹੀਂ ਪਵੇਗੀ ਜੀ ਇਹ ਜਿਹੜਾ ਡਿਸੀਜਨ ਹੈ ਜੀ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਆ ਜਾਏਗਾ ਹੋ ਸਕਦਾ ਪਹਿਲਾਂ ਵੀ ਆ ਸਕਦਾ ਹੈ ਜੀ ਆ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਜੀ ਇੱਕ ਹੋਰ ਅਪਡੇਟ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਕੇਸ ਹੈ ਜੀ ਪੂਰਾ ਇਹਦੇ ਵਿੱਚ ਜਿਹੜਾ ਹੁਣ ਸਟੇਟਸ ਆ ਰਿਹਾ ਜੀ ਪੈਂਡਿੰਗ ਦੀ ਜਗ੍ਹਾ ਰਿਜ਼ਰਵਡ ਆ ਰਿਹਾ ਰਿਜ਼ਰਵਡ ਦਾ ਮਤਲਬ ਕੇਸ ਦਾ ਜਿਹੜਾ ਡਿਸੀਜਨ ਹੈ ਜੱਜ ਸਾਹਿਬ ਨੇ ਆਪਣੇ ਕੋਲ ਰੱਖ ਲਿਆ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਜਿਵੇਂ ਵੀ ਕੋਈ ਅਪਡੇਟ ਆਏਗੀ ਆਪਾਂ ਤੁਹਾਨੂੰ ਇਸੇ ਚੈਨਲ ਦੇ ਮਾਧਿਅਮ ਰਾਹੀਂ ਅਪਡੇਟ ਕਰਾਂਗੇ ਅਪਡੇਟ ਲੈਣ ਲਈ ਤੁਸੀਂ ਸਾਡੇ ਚੈਨਲ ਨੂੰ ਕੀ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਨਾਲ ਦਿੱਤਾ ਗਿਆ ਬੈਲ ਆਈਕਨ ਵੀ ਪ੍ਰੈਸ ਕਰਨਾ ਹੈ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਮਿਲਦਾ ਰਹੇ ਜੀ